ਪਟਿਆਲਾ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਉੱਪਰ ਸਵਾਲ ਚੁੱਕੇ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਨਾਮ ਦੀ ਕੋਈ ਚੀਜ਼ ਨਹੀਂ ਰਹੀ। ਪਟਿਆਲਾ ਤੋਂ ਕੇਸ਼ਵ ਕੁਮਾਰ ਦੀ ਵਿਸ਼ੇਸ਼ ਰਿਪੋਰਟ। ਬੜੀ ਅਚੰਭੇ ਵਾਲੀ ਗੱਲ ਆ, ਬੜੀ ਹੈਰਾਨੀਜਨਕ ਗੱਲ ਹੈ ਕਿ ਇੱਕ ਵਾਂਟਡ ਕ੍ਰਿਮੀਨਲ ਜਿਹਦੇ 'ਤੇ ਮਤਲਬ ਸਿੱਧੂ ਮੂਸੇਵਾਲੇ ਦੀ ਮਤਲਬ ਕਤਲ ਦੇ ਮਾਮਲੇ ਵਿੱਚ ਉਹ ਜੇਲ੍ਹ ਬੰਦ ਹੈਗਾ ਹੈ ਔਰ ਉਹ 'ਤੇ ਇਲਜ਼ਾਮ ਲੱਗੇ ਹੋਏ ਹੈਗੇ, ਸਾਬਤ ਨਹੀਂ ਹੋਏ, ਉਹ ਗੱਲ ਅਲੱਗ ਹੈਗੀ ਹੈ। ਔਰ ਉਹਦਾ ਇੱਕ ਇੰਟਰਵਿਊ, ਜਦਕਿ ਖੁਦ ਇਸ ਵੇਲੇ ਜੇਲ੍ਹ ਵਿੱਚ ਹੈਗਾ, ਉਹਦਾ ਬਾਹਰ ਆਉਣਾ ਇੰਟਰਵਿਊ ਦਾ ਇੱਕ ਬੜੀ ਸੈਟਲਡ ਹਾਲਤਾਂ 'ਚ ਇੰਟਰਵਿਊ ਹੈਗੀ ਹੈ, ਇਹ ਹੈਰਾਨੀ ਵਾਲੀ ਗੱਲ ਹੈ। ਅੱਜ ਮੈਂ ਪੜ੍ਹ ਰਿਹਾ ਸੀ ਕਿ ਰਾਜਸਥਾਨ ਸਰਕਾਰ ਨੇ ਅੱਜ ਇਹ ਬਿਆਨ ਦਿੱਤਾ ਹੈਗਾ, ਰਾਜਸਥਾਨ ਦੇ ਪੁਲਿਸ ਚੀਫ ਨੇ, ਕਿ ਜਿਹੜੀ ਇੰਟਰਵਿਊ ਹੈ ਰਾਜਸਥਾਨ ਜਦੋਂ ਉਹਦੀ ਹਿਰਾਸਤ ਵਿੱਚ ਸੀਗਾ ਰਾਜਸਥਾਨ ਪੁਲਿਸ ਵਿੱਚ, ਉਦੋਂ ਇੰਟਰਵਿਊ ਨਹੀਂ ਹੋਈ। ਇਸਦਾ ਮਤਲਬ ਹੈ ਕਿ ਇਹ ਇੰਟਰਵਿਊ ਪੰਜਾਬ 'ਚ ਕਿਸੇ ਥਾਂ ਹੋਈ ਹੈਗੀ ਹੈ, ਅਤੇ ਲੋਕਾਂ ਦੇ ਸ਼ੰਕੇ ਬਿਲਕੁਲ ਜ਼ਾਹਰ ਹੈ ਕਿ ਜੇਕਰ ਜਿਹੜੇ ਵਾਂਟਡ ਬੰਦੇ ਨੇ, ਜਿਹੜੇ ਵਾਂਛਿਤ ਬੰਦੇ ਨੇ, ਜਿਹੜੇ ਅਰੈਸਟਡ ਬੰਦੇ ਨੇ, ਉਹਨਾਂ ਨੂੰ ਘਰ ਲਿਜਾ ਕੇ ਉਹਨਾਂ ਦੀ ਮਸ਼ੂਕਾਂ ਨੂੰ ਬੁਲਾਇਆ ਜਾ ਸਕਦਾ, ਉਹਦੀ 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 ਪ੍ਰੇਮਿਕਾ ਨੂੰ ਬੁਲਾਇਆ ਜਾ ਸਕਦਾ, ਉਹ ਵੀ ਇੱਕ ਪੰਜਾਬ ਪੁਲਿਸ ਦੇ ਇੱਕ ਅਫਸਰ ਵੱਲੋਂ, ਤਾਂ ਕੁਛ ਵੀ ਸੰਭਵ ਹੈ ਪੰਜਾਬ ਵਿੱਚ। ਔਰ ਬੜੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਇਹਦੀ ਤਹਿਕੀਕਾਤ ਕਰਕੇ ਇਹ ਜਿਹੜੇ ਦੋਸ਼ੀ ਅਫਸਰ ਸਾਹਿਬਾਨ ਨੇ ਉਹਨਾਂ 'ਤੇ ਮਤਲਬ ਕਾਰਵਾਈ ਕਰਨੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਮਤਲਬ ਇਹ ਸਾਰਾ ਪੰਜਾਬ ਦਾ ਲਾਅ ਐਂਡ ਆਰਡਰ ਦੀ ਹਾਲਤ ਹੈਗੀ ਹੈ, ਕਿਵੇਂ ਸੁਲਤਾਨਪੁਰ ਲੋਧੀ ਦੀ ਜੇਲ੍ਹ ਵਿੱਚੋਂ ਇੱਕ ਮਤਲਬ ਦੋ ਬੰਦਿਆਂ ਨੂੰ ਸ਼ਰੇਆਮ ਮਾਰ ਦਿੱਤਾ ਗਿਆ, ਬਾਅਦ 'ਚ ਉਹਦੀ ਵੀਡੀਓ ਬਣਾਈ, ਵੀਡੀਓ ਵਾਇਰਲ ਹੋਈ ਹੈਗੀ ਹੈ, ਜੇਲ੍ਹ ਵਿੱਚ ਕਤਲ ਹੋਣਾ, ਉਹ ਵੀ ਪੁਲਿਸ ਦੀ ਮੌਜੂਦਗੀ ਵਿੱਚ, ਜੇਲ੍ਹ ਅਫਸਰ ਦੀ ਮੌਜੂਦਗੀ ਵਿੱਚ, ਇਹ ਵੀ ਬੜਾ ਸੰਗੀਨ ਮਾਮਲਾ ਹੈਗਾ ਹੈ। ਅਤੇ ਹੁਣ ਆਹ ਇੱਕ ਜੇਲ੍ਹ ਦੇ ਵਿੱਚੋਂ ਹੀ ਇੱਕ ਵੀਡੀਓ ਬਣ ਕੇ ਆਉਣੀ ਹੈਗੀ ਹੈ, ਇੱਕ ਮੋਸਟ ਵਾਂਟਡ ਬੰਦੇ ਦੀ ਪੰਜਾਬ ਦੇ ਹਿਸਾਬ ਨਾਲ, ਤਾਂ ਉਹ ਵੀ ਇੱਕ ਬੜੀ ਚਿੰਤਾ ਦਾ ਵਿਸ਼ਾ ਹੈਗਾ। ਅਤੇ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਇਸ ਮਸਲੇ ਦੀ ਤਹਿਕੀਕਾਤ ਕਰਨੀ ਚਾਹੀਦੀ ਹੈ, ਔਰ ਜਿਹੜੇ ਅਸਲੀ ਤੱਥ ਨੇ, ਅਸਲੀ ਮੁਜਰਮ ਨੇ, ਉਹ ਲੋਕਾਂ ਦੇ ਸਾਹਮਣੇ ਲਿਆਉਣੇ ਚਾਹੀਦੇ। ਅਤੇ ਇੱਕ ਜਿਹੜਾ ਤੁਸੀਂ ਕੱਲ੍ਹ ਸਕ੍ਰੀਨਸ਼ੋਟ ਪਾ ਕੇ ਵੀ ਹੈ ਨਾ, ਪੋਸਟ ਵੀ ਪਾਈ ਸੀਗੀ ਕਿ ਨਿੱਜੀ ਚੈਨਲ ਨੂੰ ਦਬਾਅ ਦੇ ਵਿੱਚ ਦਬਾਅ ਕਰਿਆ ਜਾ ਰਿਹਾ, ਵੀ ਤੁਸੀਂ ਇਹਦੇ ਬਾਰੇ ਕੀ ਦੱਸੋ? ਦੇਖੋ, ਉਹ ਤਾਂ ਹੈਗਾ, ਉਹ ਤਾਂ ਜਿਸ ਤਰ੍ਹਾਂ ਗੋਦੀ ਮੀਡੀਆ ਹੈਗਾ, ਇਸ ਤਰ੍ਹਾਂ ਪੰਜਾਬ ਵਿੱਚ ਕੇਜੂ ਮੀਡੀਆ ਹੈਗਾ। ਕੇਜਰੀਵਾਲ ਨੇ ਮਤਲਬ ਜਿਹੜਾ ਉਹਦਾ ਦਿੱਲੀ ਦਾ ਮਾਡਲ ਸੀਗਾ ਕਿ ਇਸ਼ਤਿਹਾਰ ਦਿਓ, ਕੰਮ ਘੱਟ ਕਰੋ, ਇਸ਼ਤਿਹਾਰਬਾਜ਼ੀ ਜ਼ਿਆਦਾ ਕਰੋ, ਉਹਨੂੰ ਪੰਜਾਬ 'ਚ ਲਾਗੂ ਕੀਤਾ। ਕੋਈ ਦਿੱਲੀ ਦਾ ਮਾਡਲ ਨਹੀਂ ਹੈ, ਸਭ ਫਰਾਡੂ ਮਾਡਲ ਹੈ, ਨਾ ਵਿੱਦ ਦਾ ਮਾਡਲ, ਨਾ ਸਿਹਤ ਦਾ ਮਾਡਲ ਹੈਗਾ, ਫਰਾਡੂ ਮਾਡਲ ਹੈ। ਪ੍ਰਚਾਰ ਦੇ ਸਿਰ 'ਤੇ, ਇਸ਼ਤਿਹਾਰਾਂ ਦੇ ਸਿਰ 'ਤੇ ਜਿਹੜੀਆਂ ਕੰਮ ਕੀਤੇ ਹੈਗੇ ਆ, ਉਹਨਾਂ ਨੂੰ ਕਈ ਗੁਣਾ ਵਧਾ ਚੜਾ ਕੇ ਪੇਸ਼ ਕਰਕੇ, ਦਿੱਲੀ ਨੂੰ ਵੇਚ ਕੇ ਪੰਜਾਬ ਲੁੱਟਿਆ, ਹੁਣ ਪੰਜਾਬ ਨੂੰ ਵੇਚ ਕੇ ਗੁਜਰਾਤ ਵਿੱਚ ਵੋਟਾਂ ਹਾਸਿਲ ਕੀਤੀਆਂ, ਹੁਣ ਪੰਜਾਬ ਨੂੰ ਵੇਚ ਕੇ, ਦਿੱਲੀ ਨੂੰ ਵੇਚ ਕੇ, ਝੂਠੇ, ਹਕੀਕਤ ਕੋਈ ਨਹੀਂ ਹੈਗੀ, ਉਹਨੂੰ ਵੇਚ ਕੇ ਹੁਣ ਇਹ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ, ਹਰਿਆਣਾ, ਜਿੱਥੇ ਆਉਣ ਵਾਲੇ ਸਮੇਂ 'ਚ 1 ਸਾਲ 'ਚ ਜਾਂ ਇਸ ਤੋਂ ਬਾਅਦ ਅਰਸੇ ਵਿੱਚ 1.5 ਸਾਲ 'ਚ ਚੋਣਾਂ ਹੋਣ ਜਾ ਰਹੀਆਂ, ਉੱਥੇ ਇਹਨਾਂ ਝੂਠੇ ਬੂਠੇ ਮੋਡਲਾਂ ਨੂੰ ਪੰਜਾਬ ਦੇ ਲੋਕ ਜਾਣਦੇ ਨੇ ਕਿ ਜ਼ਮੀਨੀ ਪੱਧਰ 'ਤੇ ਕਿੰਨਾ ਕੁ ਸੁਧਾਰ ਹੋਇਆ, ਸਿਹਤ ਦੇ ਮਾਮਲੇ, ਵਿੱਦਿਆ ਦੇ ਮਾਮਲੇ, ਕੋਈ ਨਵਾਂ ਹੀ ਨਹੀਂ ਕੀ ਮਾਰਕਾ ਮਾਰਿਆ ਹੈਗਾ, ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ, ਦਿੱਲੀ ਦੇ ਲੋਕਾਂ ਨੂੰ ਪਤਾ ਹੈਗਾ ਕਿ 2-4 ਸਕੂਲਾਂ ਨੂੰ ਲਿਸ਼ਕਾ ਕੇ। ਇਹ ਤਾਂ ਕਹਿੰਦੇ ਸੀ ਕਿ ਅਸੀਂ ਪੰਜਾਬ ਨੂੰ ਕਰਜ਼ਾ ਮੁਕਤ ਕਰਾਂਗੇ, ਪਰ ਦੇਖਿਆ ਜਾਵੇ ਤਾਂ ਇਹ ਖੁਦ ਕਰਜ਼ੇ ਦੇ ਵਿੱਚ ਜਾਈ ਜਾ ਰਹੇ ਨੇ। ਨਹੀਂ ਨਹੀਂ ਇਹ 32,000 ਕਰੋੜ ਦਾ ਕਰਜ਼ਾ ਲੈ ਚੁੱਕੇ ਨੇ, ਜੇ 5 ਸਾਲ ਰਹਿ ਗਏ ਤਾਂ ਘੱਟੋ ਘੱਟ 2.25 ਲੱਖ ਕਰੋੜ ਦਾ ਕਰਜ਼ਾ ਪੰਜਾਬ 'ਤੇ ਹੋਰ ਚਾੜ ਕੇ ਜਾਣਗੇ, ਜਦਕਿ 2.75 ਲੱਖ ਕਰੋੜ ਦਾ ਪੰਜਾਬ ਪਹਿਲਾਂ ਹੀ ਕਰਜ਼ਾ ਹੀ ਹੈਗਾ। ਇਹ ਤਾਂ ਲੱਕੇ ਬਣ ਲਿਆ ਕਰਜ਼ੇ ਚੁੱਕਣ ਦੇ ਉੱਤੇ, ਕਿਉਂਕਿ ਪੰਜਾਬ ਦਾ ਰੈਵਨਿਊ ਵੱਧ ਨਹੀਂ ਰਿਹਾ। ਕੇਜਰੀਵਾਲ ਕਹਿੰਦਾ ਸੀ ਮੈਂ ਰਿਸ਼ਵਤ 'ਚੋਂ ਪੈਸੇ ਕੱਢੂੰਗਾ, ਜਿਹੜੀ ਪ੍ਰਸ਼ਾਸਨ ਕਰਦੀ ਹੈ ਉੱਥੇ ਧੇਲਾ ਨਹੀਂ ਨਿਕਲਿਆ, ਮੈਂ ਜੀ ਖਨਨ 'ਚੋਂ ਪੈਸੇ ਕੱਢੂੰਗਾ ਉੱਥੋਂ ਧੇਲਾ ਨਹੀਂ ਨਿਕਲਿਆ ਹੈਗਾ। ਸੋ ਸਾਰੇ ਝੂਠੇ ਵਹਿਦੇ ਲੋਕਾਂ ਨਾਲ ਕਰਕੇ ਇਹ ਹੁਣ ਭੱਜੇ ਹੈਗੇ ਆ, ਭਗੌੜੇ ਹੋਏ ਹੋਏ ਆ ਪੰਜਾਬ ਤੋਂ, ਤੇ ਲੋਕੀ ਆਪੇ ਨੂੰ ਆਉਣ ਵਾਲੇ ਸਮੇਂ ਜਿਹੜਾ ਫਿਰ ਸਰਕਾਰ ਵੱਲੋਂ ਇੱਕ ਫੇਰ ਬਦਲ ਕੀਤਾ ਅੱਗੇ ਫਿਰ ਦੁਬਾਰਾ ਮੰਤਰੀ ਮੰਡਲ ਦੇ, ਇਹਦੇ ਬਾਰੇ ਦੁਬਾਰਾ ਕੀ ਕਹਿੰਦੇ? ਇਹ ਵੀ ਇੱਕ ਸਿਆਸੀ ਅਸਥਿਰਤਾ ਦੀ ਨਿਸ਼ਾਨੀ ਹੈਗੀ ਹੈ ਕਿ ਤੁਹਾਨੂੰ ਬਹੁਤ ਇਕੱਲਾ ਮੰਤਰੀਆਂ ਪਦ ਫੇਰ ਬਦਲ ਨਹੀਂ ਕੀਤਾ, ਅਫਸਰਸ਼ਾਹੀ ਦੇ ਬਹੁਤ ਤਬਾਦਲੇ ਹੋਏ ਆ, ਕੋਈ ਅਫਸਰ 3 ਮਿੰਟ ਬਾਅਦ ਟਿਕ ਨਹੀਂ ਰਿਹਾ ਹੈਗਾ। ਮਤਲਬ ਹਰ ਪੱਧਰ ਦੇ ਨਹੀਂ, ਇੱਕ 5-7 ਅਫਸਰਾਂ ਦੀ ਲਿਸਟ ਆ ਜਾਂਦੀ, ਜਿਹੜੀ ਕਿ ਅਲੱਗ ਅਲੱਗ ਮਹਿਕਮਿਆਂ 'ਚ ਉਹਨਾਂ ਦੀ ਅਦਲਾ ਬਦਲੀ ਹੁੰਦੀ ਰਹਿੰਦੀ ਹੈਗੀ ਹੈ। ਸੋ ਜਿਹੜੀ ਪੰਜਾਬ ਦੇ ਜਿਹੜੀ ਮੰਤਰੀਆਂ ਦੀ ਜਿਹੜੀ ਫੇਰਬਦਲ ਹੋਇਆ ਹੈਗਾ, ਇਹ 'ਚ ਸਾਰਾ ਸਭ ਤੋਂ ਜਿਹੜਾ ਮਹੱਤਵਪੂਰਨ ਫੇਰਬਦਲ ਹੈ ਉਹ ਹੈਗਾ ਅਮਨ ਅਰੋੜੇ ਦੇ ਮਹਿਕਮੇ ਖੋਣ ਦਾ ਹੈਗਾ। ਇੱਕ ਤਾਂ ਉਹਨਾਂ ਕੋਲ ਸੀਗਾ ਅਰਬਨ ਡਿਵੈਲਪਮੈਂਟ ਸੀਗਾ, ਸ਼ਹਿਰੀ ਵਿਕਾਸ ਮੰਤਰਾਲਾ ਸੀਗਾ, ਦੂਜਾ ਉਹਨਾਂ ਕੋਲ ਸੀਗਾ ਪਬਲੀਕੇਸ਼ਨ ਡਿਪਾਰਟਮੈਂਟ। ਇਹ ਬੜੇ ਅਹਿਮ ਮੰਤਰਾਲੇ ਸੀਗੇ ਸਰਕਾਰ ਵਾਸਤੇ ਵੀ ਅਤੇ ਮੰਤਰੀ ਸਾਹਿਬ ਵਾਸਤੇ ਵੀ। ਅਤੇ ਇਹਨਾਂ 'ਚ ਮੈਨੂੰ ਲੱਗਦਾ ਕਿ ਅਮਨ ਅਰੋੜੇ ਦਾ ਜੋ ਥੋੜ੍ਹਾ ਜਿਹਾ ਆਜ਼ਾਦਾਨਾ ਗੱਲ ਕਰਨ ਦਾ ਸਟਾਈਲ ਹੈਗਾ, ਉਹ ਦਿੱਲੀ ਨੂੰ ਪਸੰਦ ਨਹੀਂ ਆਇਆ। ਪਹਿਲਾਂ ਵੀ ਜਿਹੜੀ ਪਹਿਲੀ ਮਤਲਬ ਸਭ ਤੋਂ ਪਹਿਲਾਂ ਮੰਤਰੀ ਪਦ ਮੰਡਲ ਬਣਿਆ ਸੀਗਾ, ਉਦੋਂ ਲੋਕਾਂ ਨੂੰ ਆਸ ਸੀ ਕਿ ਸੀਨੀਅਰ ਮੈਂਬਰ ਹੈ, ਪੰਜਾਬ ਦਾ ਪਾਰਟੀ ਦਾ ਥੰਮ ਰਿਹਾ, ਜਦੋਂ LOP ਜਦੋਂ ਪਾਰਟੀ ਵਿਰੋਧੀ ਧਿਰ ਵਿੱਚ ਸੀਗੀ ਤਾਂ ਇਹਨੂੰ ਲਾਜ਼ਮੀ ਤੌਰ 'ਤੇ ਪਹਿਲੀ ਕਿਸ਼ਤ ਵਿੱਚ ਹੀ ਇਹਨੂੰ ਮੰਤਰੀ ਪਦ ਮਿਲੂਗਾ, ਉਹਨਾਂ ਨੇ ਨਹੀਂ ਦਿੱਤਾ ਹੈਗਾ। ਜਿਹੜਾ ਵੀ ਬੰਦਾ ਮਾੜੀ ਮੋਟੀ ਅਣਖ ਰੱਖਦਾ ਹੈਗਾ ਜਾਂ ਆਪਣੀ ਕੁਛ ਆਪਣੇ ਸਵੈ ਮਾਣ ਦਾ ਮਾਲਕ ਹੈਗਾ, ਉਹਨੂੰ ਦਿੱਲੀ ਵਾਲੇ ਪਸੰਦ ਨਹੀਂ ਕਰਦੇ। ਕੇਜਰੀਵਾਲ ਤੋਂ ਬਿਲਕੁਲ ਆਪਣੇ ਜਿਹੜੇ ਉਹਦੇ ਵਫਾਦਾਰ
ਪਾਲਤੂ ਬੰਦੇ ਹੈ ਉਹ ਚਾਹੀਦੇ ਹੈਗੇ ਆ, ਇਹ ਹੋ ਸਕਦਾ ਉਨਾ ਪਾਲਤੂ ਨਾ ਬਣਿਆ ਹੋਵੇ। ਵੈਸੇ ਇਹਨਾਂ ਕੁੱਬ ਪਾਉਣ ਦੀ ਕੋਸ਼ਿਸ਼ ਤਾਂ ਕੀਤੀ ਸੀਗੀ ਪਰ ਉਹ ਕੁੱਬ ਤੇ ਇਹਨਾਂ ਦੀ ਲੱਤ ਵੱਜੀ ਨਾ, ਉਹ ਇਹਨੂੰ ਸਿੱਧਾ ਨਹੀਂ ਸਭ ਹੋਰ ਡੇਗ ਦਿੱਤਾ ਉਸ ਕੁੱਬ ਦੇ ਉੱਤੇ। ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੀ ਪੰਜਾਬ ਦੀ ਲੋਅ ਆਰਡਰ ਸੀ ਉਹ ਵਧੀਆ ਹੈ, ਲੇਕਿਨ ਅੱਜ ਇੱਕ ਫਿਲਮ ਸਟਾਰ ਮਸ਼ਹੂਰ ਸਿੰਗਰ ਦੇ ਉੱਤੇ ਗੋਲੀਆਂ ਚੱਲੀਆਂ ਜਿੰਦਿਆਲੇ, ਵੀ ਚਾਰ ਬੰਦੇ ਫੜੇ ਗਏ ਨੇ ਜਿਹਦੇ ਵਿੱਚ ਉਹ ਬੰਬੀਆ ਗਰੁੱਪ ਦੇ ਬੱਬੂ ਮਾਨ ਤੇ ਮਿਲ ਕੇ। ਨਹੀਂ ਨਹੀਂ, ਪੰਜਾਬ ਵਿੱਚ ਬੰਬਣ ਕੋਣ ਦੀ ਹਾਲਤ ਬਹੁਤ ਮਾੜੀ ਹੈਗੀ ਹੈ, ਜਿਹੜੀਆਂ ਲੁੱਟਾਂ ਫਰੋਤੀਆਂ ਜਾਂ ਜਿਹੜੀਆਂ ਧਮਕੀਆਂ ਦੀ ਭਰੀਆਂ ਟੈਲੀਫੋਨ ਹੈ ਉਹ ਕੁਛ ਤਾਂ ਜੱਗ ਜ਼ਾਹਰ ਹੁੰਦੇ ਆ, ਕੁਛ ਲੋਕਾਂ ਨੇ ਜਦੋਂ ਇਹ ਨਕੋਦਰ ਵਾਲੀ ਘਟਨਾ ਵਾਪਰੀ ਹੈ, ਕਿਉਂਕਿ ਉਹਨਾਂ ਨੇ ਇਕੱਲੀ ਧਮਕੀ ਨਹੀਂ ਦਿੱਤੀ, ਉਹਨੇ ਕਿਹਾ ਜੇ ਤੂੰ ਸਾਨੂੰ ਅਦਾਇਗੀ ਨਾ ਕੀਤੀ ਤੈਨੂੰ ਮਾਰਾਂਗੇ, ਔਰ ਉਹਨੇ ਮਾਰ ਦਿੱਤਾ, ਉਹਨੇ ਕਾਂ 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 ਮਾਰ ਕੇ ਟੰਗ ਦਿੱਤਾ। ਸੋ ਲੋਕ ਹੁਣ ਜਿਹਨਾਂ ਨੂੰ ਟੈਲੀਫੋਨ ਆਉਂਦੇ ਆ ਪੁਲਿਸ ਕੋਲ ਨਹੀਂ ਜਾਂਦੇ ਉਹ ਪੇਮੈਂਟ ਆ ਕਰਨ ਲੱਗ ਪਏ ਹੈਗੇ, ਉਹ ਦੇਣ ਲੱਗ ਪਏ ਪੈਸੇ ਫਰੋਤੀਆਂ ਦੇ। ਸੋ ਇਸ ਕਰਕੇ ਬੜੀ ਖਤਰਨਾਕ ਹਾਲਤ ਹੈ, ਜੋ ਸਰਫੇਸ 'ਤੇ ਦਿਖ ਰਿਹਾ ਜੋ ਤਹਿ 'ਤੇ ਦਿਖ ਰਿਹਾ ਉਹ ਬਹੁਤ ਘੱਟ ਹੈ, ਜੋ ਅੰਡਰਕਰੰਟ ਚੱਲ ਰਿਹਾ ਹੈ ਡਰ ਦਾ ਦਹਿਸ਼ ਦਾ ਧਮਕੀਆਂ ਦਾ ਜਿਹੜਾ ਮਾਫੀਆ ਗੈਂਗ ਦਾ ਜੋ ਖੌਫ ਹੈਗਾ ਹੈ ਉਹ ਬਹੁਤ ਜ਼ਿਆਦਾ ਹੈਗਾ ਜੀ। ਦੇਖੋ ਬੜੀ ਅਚੰਬੇ ਵਾਲੀ ਗੱਲ ਆ, ਬੜੀ ਹੈਰਾਨੀਜਨਕ ਗੱਲ ਹੈ ਕਿ ਇੱਕ ਵਾਂਟਡ ਕ੍ਰਿਮੀਨਲ ਜਿਹਦੇ 'ਤੇ ਮਤਲਬ ਸਿੱਧੂ ਮੂਸੇਵਾਲੇ ਦੀ ਮਤਲਬ ਕਤਲ ਦੇ ਮਾਮਲੇ ਵਿੱਚ ਉਹ ਜੇਲ੍ਹ ਬੰਦ ਹੈਗਾ ਹੈ ਔਰ ਉਹ 'ਤੇ ਇਲਜ਼ਾਮ ਲੱਗੇ ਹੋਏ ਹੈਗੇ, ਸਾਬਤ ਨਹੀਂ ਹੋਏ ਉਹ ਗੱਲ ਅਲੱਗ ਹੈਗੀ ਹੈ, ਔਰ ਉਹਦਾ ਇੱਕ ਇੰਟਰਵਿਊ ਜਦਕਿ ਖੁਦ ਇਸ ਵੇਲੇ ਜੇਲ੍ਹ ਵਿੱਚ ਹੈਗਾ, ਉਹਦਾ ਬਾਹਰ ਆਉਣਾ ਇੰਟਰਵਿਊ ਦਾ ਇੱਕ ਬੜੀ ਸੈਟਲਡ ਹਾਲਤਾਂ 'ਚ ਇੰਟਰਵਿਊ ਹੈਗੀ ਹੈ, ਇਹ ਹੈਰਾਨੀ ਵਾਲੀ ਗੱਲ ਹੈ। ਅੱਜ ਮੈਂ ਪੜ੍ਹ ਰਿਹਾ ਸੀ ਕਿ ਰਾਜਸਥਾਨ ਸਰਕਾਰ ਨੇ ਅੱਜ ਇਹ ਬਿਆਨ ਦਿੱਤਾ ਹੈਗਾ, ਰਾਜਸਥਾਨ ਦੇ ਪੁਲਿਸ ਚੀਫ ਨੇ, ਕਿ ਜਿਹੜੀ ਇੰਟਰਵਿਊ ਹੈ ਰਾਜਸਥਾਨ ਜਦੋਂ ਉਹਦੀ ਹਿਰਾਸਤ ਵਿੱਚ ਸੀਗਾ ਰਾਜਸਥਾਨ ਪੁਲਿਸ ਵਿੱਚ ਉਦੋਂ ਇੰਟਰਵਿਊ ਨਹੀਂ ਹੋਈ। ਇਸਦਾ ਮਤਲਬ ਹੈ ਕਿ ਇਹ ਇੰਟਰਵਿਊ ਪੰਜਾਬ 'ਚ ਕਿਸੇ ਤਾਂ ਹੋਈ ਹੈਗੀ ਹੈ, ਅਤੇ ਲੋਕਾਂ ਦੇ ਸ਼ੰਕੇ ਬਿਲਕੁਲ ਜ਼ਾਹਰ ਹੈ ਕਿ ਜੇਕਰ ਜਿਹੜੇ ਵਾਂਟਡ ਬੰਦੇ ਨੇ ਜਿਹੜੇ ਵਾਂਛਿਤ ਬੰਦੇ ਨੇ ਜਿਹੜੇ ਅਰੈਸਟਡ ਬੰਦੇ ਨੇ ਉਹਨਾਂ ਨੂੰ ਘਰ ਲਿਜਾ ਕੇ ਉਹਨਾਂ ਦੇ ਮਸ਼ੂਕਾਂ ਨੂੰ ਬੁਲਾਇਆ ਜਾ ਸਕਦਾ, ਉਹਦੀ ਪ੍ਰੇਮਿਕਾ ਨੂੰ ਬੁਲਾਇਆ ਜਾ ਸਕਦਾ, ਉਹ ਵੀ ਇੱਕ ਪੰਜਾਬ ਪੁਲਿਸ ਦੇ ਇੱਕ ਅਫਸਰ ਵੱਲੋਂ, ਤਾਂ ਕੁਛ ਵੀ ਸੰਭਵ ਹੈ ਪੰਜਾਬ ਵਿੱਚ। ਔਰ ਬੜੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਇਹਦੀ ਤਹਿਕੀਕਾਤ ਕਰਕੇ ਇਹ ਜਿਹੜੇ ਦੋਸ਼ੀ ਅਫਸਰ ਸਾਹਿਬਾਨ ਨੇ ਉਹਨਾਂ 'ਤੇ ਮਤਲਬ ਕਾਰਵਾਈ ਕਰਨੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਮਤਲਬ ਇਹ ਸਾਰਾ ਪੰਜਾਬ ਦਾ ਲਾਅ ਐਂਡ ਆਰਡਰ ਦੀ ਹਾਲਤ ਹੈਗੀ ਹੈ, ਕਿਵੇਂ ਸੁਲਤਾਨਪੁਰ ਲੋਧੀ ਦੀ ਜੇਲ੍ਹ ਵਿੱਚੋਂ ਇੱਕ ਮਤਲਬ ਦੋ ਬੰਦਿਆਂ ਨੂੰ ਸ਼ਰੇਆਮ ਮਾਰ ਦਿੱਤਾ ਗਿਆ, ਬਾਅਦ 'ਚ ਉਹਦੀ ਵੀਡੀਓ ਬਣਾਈ, ਵੀਡੀਓ ਵਾਇਰਲ ਹੋਈ ਹੈਗੀ ਹੈ, ਜੇਲ੍ਹ ਵਿੱਚ ਕਤਲ ਹੋਣਾ ਉਹ ਵੀ ਪੁਲਿਸ ਦੀ ਮੌਜੂਦਗੀ ਵਿੱਚ, ਜੇਲ੍ਹ ਅਫਸਰ ਦੀ ਮੌਜੂਦਗੀ ਵਿੱਚ, ਇਹ ਵੀ ਬੜਾ ਸੰਗੀਨ ਮਾਮਲਾ ਹੈਗਾ ਹੈ, ਅਤੇ ਹੁਣ ਆਹ ਇੱਕ ਜੇਲ੍ਹ ਦੇ ਵਿੱਚੋਂ ਹੀ ਇੱਕ ਵੀਡੀਓ ਬਣ ਕੇ ਆਉਣੀ ਹੈਗੀ ਹੈ ਇੱਕ ਮੋਸਟ ਵਾਂਟਡ ਬੰਦੇ ਦੀ ਪੰਜਾਬ ਦੇ ਹਿਸਾਬ ਨਾਲ, ਤਾਂ ਉਹ ਵੀ ਇੱਕ ਬੜੀ ਚਿੰਤਾ ਦਾ ਵਿਸ਼ਾ ਹੈਗਾ, ਅਤੇ ਸਰਕਾਰ ਨੂੰ ਪੂਰੀ ਗੰਭੀਰਤਾ ਨਾਲ ਇਸ ਮਸਲੇ ਦੀ ਤਹਿਕੀਕਾਤ ਕਰਨੀ ਚਾਹੀਦੀ ਹੈ, ਔਰ ਜਿਹੜੇ ਅਸਲੀ ਤੱਥ ਨੇ ਅਸਲੀ ਮੁਜਰਮ ਨੇ ਉਹ ਲੋਕਾਂ ਦੇ ਸਾਹਮਣੇ ਲਿਆਉਣੇ ਚਾਹੀਦੇ। ਅਤੇ ਇੱਕ ਜਿਹੜਾ ਤੁਸੀਂ ਸਕ੍ਰੀਨਸ਼ੋਟ ਪਾ ਕੇ ਵੀ ਹੈ ਨਾ ਪੋਸਟ ਵੀ ਪਾਈ ਸੀਗੀ ਵੀ ਨਿੱਜੀ ਚੈਨਲ ਨੂੰ ਦਬਾਅ ਦੇ ਵਿੱਚ ਦਬਾਅ ਕਰਿਆ ਜਾ ਰਿਹਾ, ਵੀ ਤੁਸੀਂ ਇਹਦੇ ਬਾਰੇ ਕੀ? ਦੇਖੋ ਉਹ ਤਾਂ ਹੈਗਾ, ਉਹ ਤਾਂ ਜਿਸ ਤਰ੍ਹਾਂ ਗੋਦੀ ਮੀਡੀਆ ਹੈਗਾ ਇਸ ਤਰ੍ਹਾਂ ਪੰਜਾਬ ਵਿੱਚ ਕੇਜੂ ਮੀਡੀਆ ਹੈਗਾ। ਕੇਜਰੀਵਾਲ ਨੇ ਮਤਲਬ ਜਿਹੜਾ ਉਹਦਾ ਦਿੱਲੀ ਦਾ ਮਾਡਲ ਸੀਗਾ ਕਿ ਇਸ਼ਤਿਹਾਰ ਦਿਓ ਕੰਮ ਘੱਟ ਕਰੋ ਇਸ਼ਤਿਹਾਰਬਾਜ਼ੀ ਜ਼ਿਆਦਾ ਕਰੋ, ਉਹਨੂੰ ਪੰਜਾਬ 'ਚ ਲਾਗੂ ਕੀਤਾ। ਕੋਈ ਦਿੱਲੀ ਦਾ ਮਾਡਲ ਨਹੀਂ ਹੈ, ਸਭ ਫਰਾਡੂ ਮਾਡਲ ਹੈ, ਨਾ ਵਿੱਦ ਦਾ ਮਾਡਲ, ਨਾ ਸਿਹਤ ਦਾ ਮਾਡਲ ਹੈਗਾ, ਫਰਾਡੂ ਮਾਡਲ ਹੈ। ਪ੍ਰਚਾਰ ਦੇ ਸਿਰ 'ਤੇ, ਇਸ਼ਤਿਹਾਰਾਂ ਦੇ ਸਿਰ 'ਤੇ ਜਿਹੜੀਆਂ ਕੰਮ ਕੀਤੇ ਹੈਗੇ ਆ ਉਹਨਾਂ ਨੂੰ ਕਈ ਗੁਣਾ ਵਧਾ ਚੜਾ ਕੇ ਪੇਸ਼ ਕਰਕੇ ਦਿੱਲੀ ਨੂੰ ਵੇਚ ਕੇ ਪੰਜਾਬ ਲੁੱਟਿਆ, ਹੁਣ ਪੰਜਾਬ ਨੂੰ ਵੇਚ ਕੇ ਗੁਜਰਾਤ ਵਿੱਚ ਵੋਟਾਂ ਹਾਸਿਲ ਕੀਤੀਆਂ, ਹੁਣ ਪੰਜਾਬ ਨੂੰ ਵੇਚ ਕੇ ਦਿੱਲੀ ਨੂੰ ਵੇਚ ਕੇ ਝੂਠੇ, ਹਕੀਕਤ ਕੋਈ ਨਹੀਂ ਹੈਗੀ, ਉਹਨੂੰ ਵੇਚ ਕੇ ਹੁਣ ਇਹ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ, ਹਰਿਆਣਾ, ਜਿੱਥੇ ਆਉਣ ਵਾਲੇ ਸਮੇਂ 'ਚ ਇੱਕ ਸਾਲ 'ਚ ਜਾਂ ਇਸ ਤੋਂ ਬਾਅਦ ਅਰਸੇ ਵਿੱਚ ਡੇਢ ਸਾਲ 'ਚ ਚੋਣਾਂ ਹੋਣ ਜਾ ਰਹੀਆਂ, ਉੱਥੇ ਇਹਨਾਂ ਝੂਠੇ ਬੂਠੇ ਮੋਡਲਾਂ ਨੂੰ ਪੰਜਾਬ ਦੇ ਲੋਕ ਜਾਣਦੇ ਨੇ ਕਿ ਜ਼ਮੀਨੀ ਪੱਧਰ 'ਤੇ ਕਿੰਨਾ ਕੁ ਸੁਧਾਰ ਹੋਇਆ, ਸਿਹਤ ਦੇ ਮਾਮਲੇ, ਵਿੱਦਿਆ ਦੇ ਮਾਮਲੇ, ਕੋਈ ਨਵਾਂ ਇਹ ਨਹੀਂ ਕੀ ਮਾਰਕਾ ਮਾਰਿਆ ਹੈਗਾ, ਪੰਜਾਬ ਦੇ ਲੋਕਾਂ ਨੂੰ ਪਤਾ ਹੈਗਾ, ਦਿੱਲੀ ਦੇ ਲੋਕਾਂ ਨੂੰ ਪਤਾ ਹੈਗਾ ਕਿ ਦੋ ਚਾਰ ਸਕੂਲਾਂ ਨੂੰ ਲਿਸ਼ਕਾ ਕੇ